ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਦਬੜੀ ਖਾਨਾ ਅਤੇ ਮੇਰੇ ਨਾਲ ਮੌਜੂਦ ਨੇ ਨਿਰਮਲਜੀਤ ਸਿੰਘ ਭਗਤਾ ਭਾਈਕਾ। ਅੱਜ ਇਸ ਵੇਲੇ ਮੈਂ ਇਹਨਾਂ ਦੇ ਖੇਤ 'ਚੋਂ ਤੁਹਾਡੇ ਨਾਲ ਲਾਈਵ ਹਾਂ, ਰੂਬਰੂ ਹਾਂ ਤੁਹਾਡੇ। ਦੋਸਤੋ, ਯੂਨੀਵਰਸਿਟੀ ਨੇ ਇੱਕ ਕੋਰਾ ਝੂਠ ਬੋਲਿਆ ਹੋਇਆ ਕਿਸਾਨਾਂ ਨੂੰ ਕਿ ਜੇਕਰ ਆਪਾਂ ਕਣਕ ਨੂੰ 22-28 ਦਿਨਾਂ ਦੀ ਫਸਲ ਨੂੰ ਪਹਿਲਾਂ ਪਾਣੀ ਨਾ ਲਾਈਏ ਤਾਂ ਕਣਕ ਦੀ ਕਰਾਊਨ ਰੂਟ ਨਹੀਂ ਬਣੇਗੀ। ਇਹ ਜਿਹੜਾ ਵਾਹਣ ਹੈ ਜਿੱਥੇ ਅਸੀਂ ਦੋਨੇ ਬੈਠੇ ਹਾਂ ਭਰਾ, ਮੇਰੇ ਨਾਲ ਨਿਰਮਲਜੀਤ ਮੌਜੂਦ ਆ ਅਤੇ ਮੈਂ ਤੁਹਾਨੂੰ ਇੱਕ ਇਹਦੇ ਨੇੜੇ ਲੈ ਕੇ ਚੱਲਦਾ ਅਤੇ ਤੁਹਾਨੂੰ ਦਿਖਾਉਣਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਬਾਈ ਅੰਨੇ ਵਾਹ ਸ਼ੇਅਰ ਕਰੋ। ਅਸੀਂ ਨਾ ਜੋ ਵੀ ਹੁੰਦਾ ਤੁਹਾਨੂੰ ਖੇਤਾਂ 'ਚੋਂ ਲਾਈਵ ਦਿਖਾਈਦਾ। ਇਹ ਸਾਡਾ ਵਾਹਣ ਹੈ, 18 ਨਵੰਬਰ ਨੂੰ ਇੱਥੇ ਕਣਕ ਬੀਜੀ ਆ ਕੁਦਰਤੀ ਖੇਤੀ ਤਹਿਤ, ਠੀਕ ਹੈ ਜੀ। ਅਤੇ ਇਸ ਖੇਤ ਦੇ ਵਿੱਚ PR 126 ਵਰਾਇਟੀ ਦਾ ਝੋਨਾ ਲੱਗਿਆ ਸੀਗਾ ਕੁਦਰਤੀ ਖੇਤੀ ਤਹਿਤ। ਝੋਨੇ ਦੇ ਵੱਤ 'ਤੇ ਹੀ ਇਹ ਕਣਕ ਬੀਜੀ ਗਈ ਆ। ਝੋਨਾ ਵੱਢ ਕੇ ਵਾਹਣ ਬਣਾ ਕੇ ਸੁਹਾਗ ਕੇ ਰੱਖ ਦਿੱਤਾ ਗਿਆ ਸੀ। 10 ਦਿਨ ਇਹ ਵਾਹਣ ਸੁਹਾਗ ਕੇ ਰੱਖਿਆ ਰਿਹਾ। ਕਣਕ ਬੀਜਣ ਤੋਂ 2 ਦਿਨ ਪਹਿਲਾਂ ਫਿਰ ਇਹਦੇ 'ਤੇ ਸੁਹਾਗਾ ਮਾਰਿਆ ਗਿਆ। ਜਦੋਂ ਕਣਕ ਬੀਜੀ ਹੈ ਤਾਂ ਪਿੱਛੇ ਧੂੜ ਉੱਡਦੀ ਸੀ ਅਤੇ ਹੁਣ ਵੀ ਆਹ ਤੁਹਾਡੇ ਸਾਹਮਣੇ ਆ, ਠੀਕ ਹੈ। ਅੱਜ ਇਹ ਕਣਕ 44ਵੇਂ ਦਿਨ 'ਚ ਹੈ ਅਤੇ ਹੁਣ ਇਹਨੇ ਕਿਤੇ ਕਿਤੇ ਦੈੜੀਆਂ 'ਚ ਪੀਲਾਪਣ ਦਿਖਾਉਣਾ ਸ਼ੁਰੂ ਕਰਤਾ ਵੀ ਭਾਈ ਮੈਨੂੰ ਪਾਣੀ ਲਾ ਦਿਓ। ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, 200-250 ਕਿਸਾਨਾਂ 'ਚ ਲੈ ਕੇ ਜਾਓ, ਗਰੁੱਪਾਂ 'ਚ ਸ਼ੇਅਰ ਕਰੋ। ਹੁਣ ਅਸੀਂ ਇਹਨੂੰ ਪਾਣੀ ਲਾਉਣ ਲੱਗੇ ਹਾਂ ਅਤੇ ਹੁਣ ਮੈਂ ਤੁਹਾਨੂੰ ਉਹ ਚੀਜ਼ ਦਿਖਾਉਣੀ ਹੈ ਜਿਹੜੀ ਚੀਜ਼ ਬਾਰੇ ਯੂਨੀਵਰਸਿਟੀ ਨੇ ਸ਼ਰੇਆਮ ਚਿੱਟਾ ਝੂਠ ਬੋਲਿਆ ਹੋਇਆ ਕਿ ਜੇਕਰ ਤੁਸੀਂ 22ਵੇਂ ਦਿਨ ਕਣਕ ਨੂੰ ਪਾਣੀ ਨਹੀਂ ਲਾਓਗੇ ਪਹਿਲਾਂ ਤਾਂ ਕਣਕ ਜਿਹੜਾ ਹੈਗੀ ਆ ਕਰਾਊਨ ਰੂਟ ਨਹੀਂ ਬਣਾਏਗੀ ਅਤੇ ਉਹਦੀ ਜੜ੍ਹ ਨਹੀਂ ਬਣੇਗੀ ਮੇਨ, ਅਤੇ ਉਹਦੇ ਕਰਕੇ ਕਣਕ ਦਾ ਫੁਟਾਰਾ ਨਹੀਂ ਹੋਏਗਾ। ਆਹ ਤੁਸੀਂ ਦੇਖੋ ਬਾਈ, ਆਹ ਸਾਡੀ ਰੰਬੀ ਪਈ ਆ, ਠੀਕ ਹੈ ਜੀ। ਅਤੇ ਜਿੱਥੋਂ ਬੂਟਾ ਕੱਢਿਆ ਉਹ ਆ ਥਾਂ, ਇੱਥੋਂ ਬੂਟਾ ਕੱਢਿਆ, ਰੰਬੀ ਨਾਲ ਦਿਖਾਓ ਬਾਈ, ਇੱਥੋਂ ਬੂਟਾ ਕੱਢਿਆ ਅਤੇ ਹੁਣ ਬੂਟਾ ਵੀ ਦੇਖ ਲਓ ਬਾਈ, ਪੱਚ ਕਰ ਦਿਓ ਰੰਬੀ, ਤਾਂ ਚੱਕੋ ਬੂਟਾ। ਹੁਣ ਦੱਸੋ ਵੀ ਆਹ ਜਿਹੜਾ ਜੜਾਂਗਾ ਕਿਵੇਂ ਆ ਬਾਈ, ਕੀ ਲੱਗਦਾ? ਆਹ ਹੁਣ ਪੁੱਛੋ ਯੂਨੀਵਰਸਿਟੀ ਦੇ ਲਾਡਲੇ ਪੁੱਤ ਨੂੰ ਅਤੇ ਯੂਨੀਵਰਸਿਟੀ ਵਾਲਿਆਂ ਨੂੰ ਵੀ ਇਹ 44ਵੇਂ ਦਿਨ 'ਚ ਕਣਕ ਹੈ ਅਤੇ ਇਹ ਐਡਾ ਜੜਾਂਗਾ ਕਿਵੇਂ ਕਰੀ ਬੈਠੀ ਹੈ, ਅਤੇ ਇਹਦੀ ਜਿਹੜੀ ਕਰਾਊਨ ਰੂਟ ਆ ਉਹਦੇ ਬਿਨਾਂ ਹੀ ਇਹ ਇੰਨਾ ਜੜਾਂਗਾ ਕਰ ਗਈ। ਅਤੇ ਇਹ ਜਿਹੜੀ ਚੀਜ਼ ਹੈਗੀ ਹੈ ਇਹ ਹੈਗਾ ਸੱਚ, ਅਤੇ ਸੱਚ ਨੂੰ ਨਾ ਕਿਸੇ ਸਬੂਤ ਦੀ ਲੋੜ ਨਹੀਂ ਹੁੰਦੀ, ਜਿਹਦੇ ਪੱਲੇ ਸੱਚ ਹੁੰਦਾ ਉਹਨੂੰ ਕਿਸੇ ਤੋਂ ਝਕਣ ਦੀ ਲੋੜ ਨਹੀਂ ਹੁੰਦੀ, ਡਰਨ ਦੀ ਲੋੜ ਨਹੀਂ ਹੁੰਦੀ। ਅਤੇ ਜਿਹੜੇ ਹੁੰਦੇ ਆ ਝੂਠੇ ਅਤੇ ਉਹਨਾਂ ਨੇ ਆਪਦੀ ਫੌਜ ਛੱਡ ਦੇਣੀ ਹੁੰਦੀ ਹੈ ਸੱਚੇ ਬੰਦੇ ਮਗਰ ਵੀ ਇਹਨੂੰ ਗਾਲਾਂ ਗੂਲਾਂ ਕੱਢੋ। ਅਤੇ ਹਾਲਾਂਕਿ ਮੈਂ ਪਹਿਲੀ ਵੀਡੀਓ ਜਿਹੜੀ ਬਣਾ ਕੇ ਪਾਈ ਸੀ ਉਹ ਵੀ ਖੇਤ ਦੇ ਵਿੱਚੋਂ ਬਣਾ ਕੇ ਪਾਈ ਸੀ ਵੀ ਆਹ 45 ਦਿਨਾਂ ਦੀ ਕਣਕ ਹੈ, ਇਹਨੂੰ ਪਾਣੀ ਨਹੀਂ ਲੱਗਿਆ ਜੀਰੋ ਟ੍ਰੇਲ ਵਾਲੀ ਨੂੰ, ਅਤੇ ਉਹਨੂੰ ਪੁੱਛੋ ਲਾਡਲੇ ਪੁੱਤ ਨੂੰ ਵੀ ਭਾਈ ਫਿਰ ਇੱਥੇ ਕਰਾਊਨ ਰੂਟ ਕਿਵੇਂ ਬਣ ਗਈ। ਤਾਂ ਜਿਹੜੇ ਤਾਂ ਸਮਝਦਾਰ ਬੰਦੇ ਸੀ ਉਹਨਾਂ ਨੇ ਤਾਂ ਉਸ ਗੱਲ ਨੂੰ ਸਹੀ ਮੰਨਿਆ, ਅਤੇ ਜਿਹੜੇ ਲਾਡਲੇ ਪੁੱਤ ਦੇ ਅੰਨੇ ਭਗਤ ਹੈਗੇ ਆ ਉਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਵੀਡੀਓਜ਼ ਦੇ ਵਿੱਚ ਕਮੈਂਟਾਂ ਦੇ ਵਿੱਚ, ਅਤੇ ਉਹਨਾਂ ਅੰਨੇ ਭਗਤਾਂ ਨੂੰ ਆਹ ਦਿਖਾਓ ਵੀ ਕੀ ਪਤਾ ਹੁਣ ਉਹਨਾਂ ਦੀ ਅੰਧ ਭਗਤੀ ਵਾਲਾ ਚਸ਼ਮਾ ਉੱਤਰ ਜੇ। ਅਤੇ ਐਂ ਕਰੋ ਬਈ, ਇੱਕ ਅੱਧਾ ਬੂਟਾ ਹੋਰ ਕੱਢੋ ਵੀ ਇਹ ਤਾਂ ਇੱਥੇ ਹੀ ਰੱਖ ਦਿਓ, ਠੀਕ ਹੈ, ਇਹਨੂੰ ਮਿੱਟੀ ਲਾ ਦਿਓ ਉਹਨੂੰ। ਅਤੇ ਹੁਣ ਅਸੀਂ ਤੁਹਾਨੂੰ ਲਾਈਵ ਵੀ ਇੱਕ ਬੂਟਾ ਕੱਢ ਕੇ ਦਿਖਾਵਾਂਗੇ, ਪੂਰਾ ਡੂੰਘਾ ਕੱਢਣਾ ਵੀ ਉਹਨੇ ਜੜ ਬਣਾਈ ਆ ਕਿ ਨਹੀਂ। ਉਵੇਂ ਲਿਆਓ ਨਾ ਰੰਬੀ ਨਾਲ ਹੀ, ਆਹ ਦੇਖ ਲਓ ਵੀ ਇਹ ਵੀ ਬੂਟਾ ਕੱਢਿਆ, ਇਹ ਅਸੀਂ ਹੱਥ ਨਾਲ ਖਿੱਚ ਲਿਆ ਇਸ ਕਰਕੇ ਇਹਦੇ ਨਾਲ ਮਿੱਟੀ ਨਹੀਂ ਆਈ। ਤਾਂ ਹੁਣ ਦੱਸੋ ਵੀ ਇਹਨੇ ਜੜ ਬਣਾਈ ਆ ਕਿ ਨਹੀਂ ਬਣਾਈ।
ਤੇ ਇਹਦੀ ਇੱਕ ਚੀਜ਼ ਹੋਰ ਤੁਹਾਨੂੰ ਦਿਖਾਉਣੇ ਆਪਾਂ ਇਹ ਆ ਧਿਆਨ ਨਾਲ ਦੇਖਿਓ ਬਾਈ ਇਹ ਆ ਜਿਹੜੀ ਹੈਗੀ ਆ ਆਹਾ ਚਲੋ ਜੀ ਚਲੋ ਇਹ ਵੀ ਦਿਖਾਉਣੇ ਆ ਆ ਦੇਖੋ ਬਾਈ ਇਹ ਆ ਚੀਜ਼ ਇਹ ਆ ਜਿਹੜੀ ਜੜ ਆ ਇਹ ਦੇਖ ਰਹੇ ਹੋ ਇਹ ਜੜ ਹੈਗੀ ਆ ਜਿਹੜੀ ਬੀ ਤੋਂ ਨਿਕਲੀ ਆ ਮੂਲੀ ਆ ਜਿਹੜੀ ਚਿੱਟੀ ਚਿੱਟੀ ਦੀਂਦੀ ਆ ਇਹ ਹੈਗੀ ਕਣਕ ਦੀ ਮੂਲੀ ਤੇ ਆ ਹੈਗਾ ਮੂਲੀ ਜਿਹੜੀ ਹੈਗੀ ਆ ਬੀ ਚੋਂ ਨਿਕਲਦੀ ਹੁੰਦੀ ਆ ਇਹ ਬੀ ਵਾਲੀ ਜੜ ਆ ਤੇ ਆ ਜਿਹੜੀ ਉੱਤੇ ਜੜ ਆ ਇਹ ਕਿਹੜੀ ਹੋਈ ਫਿਰ ਇਹ ਤਾਂ ਤਣੇ ਚੋਂ ਨਿਕਲਦੀ ਪਈ ਆ ਉਹਨੂੰ ਪੁੱਛੋ ਵੀ ਤੂੰ ਤਾਂ ਕਹਿੰਦਾ ਸੀ ਤਣੇ ਚੋਂ ਜੜ ਹੀ ਨਹੀਂ ਨਿਕਲੂ ਜੇ ਪਾਣੀ ਨਾ ਲਾਵਾਂਗੇ ਹੁਣ ਇੱਕ ਆਹ ਬੂਟਾ ਪੱਟਿਆ ਇਹ ਇਹ ਦੋ ਆ ਦੋ ਬੂਟੇ ਆ ਇਹ ਦੋ ਬੂਟੇ ਆਪਣੇ ਹੱਥ 'ਚ ਆ ਗਏ ਆ ਤੇ ਇਹਨਾਂ ਦੀ ਜੜ ਵੇਖ ਲਓ ਬਈ ਆਹ ਮਿਣ ਕੇ ਦੇਖੀ ਨਿਰਮਲ ਚਾਰ ਅੱਠ ਉਂਗਲਾਂ ਜੀ ਛੇ ਇੱਕ ਬੂਟੇ ਦੀ ਜੜ ਹੈਗੀ ਆ ਘੱਟੋ ਘੱਟ ਛੇ ਉਂਗਲਾਂ ਤੇ ਇੱਕ ਦੀ ਹੈਗੀ ਆ ਅੱਠ ਉਂਗਲਾਂ ਤੇ ਹੁਣ ਇਹ 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 ਜੇ ਇੱਥੇ ਹੋ ਗਿਆ ਤੇ ਫਿਰ ਇਹ ਯੂਨੀਵਰਸਿਟੀ ਸ਼ਰੇਆਮ ਝੂਠ ਨਹੀਂ ਬੋਲਦੀ ਪਈ ਕਿਸਾਨਾਂ ਨੂੰ ਵੀ 22 ਦਿਨਾਂ ਤੋਂ ਪਾਣੀ ਲਾਓ ਹੀ ਲਾਓ ਤੇ ਜਦੋਂ ਤੁਸੀਂ 22 ਦਿਨਾਂ ਤੋਂ ਪਾਣੀ ਲਾਉਣੇ ਆ ਤਾਂ ਉਹ ਜੜ ਇੰਨੀ ਗਰੋ ਕਰਦੀ ਆ ਇਹ ਬਿਨਾਂ ਪਾਣੀ ਤੋਂ ਇੰਨੀ ਗਰੋ ਵੀ ਕਰ ਗਈ ਆ ਤੇ ਇਹਦਾ ਜੜਾਂਗਾ ਵੀ ਦੇਖੋ ਠੀਕ ਹੈ ਤੇ ਜਿਹੜੇ ਲਾਡਲੇ ਪੁੱਤ ਹੈਗੇ ਯੂਨੀਵਰਸਿਟੀ ਦੇ ਜਿਹੜੇ ਉਹਨਾਂ ਦੇ ਅੰਨੇ ਭਗਤ ਹੈਗੇ ਆ ਉਹਨਾਂ ਨੂੰ ਇਹ ਵੀਡੀਓ ਉਹਨਾਂ ਅੰਨੇ ਭਗਤਾਂ ਵਾਸਤੇ ਤੇ ਲਾਡਲੇ ਪੁੱਤਾਂ ਵਾਸਤੇ ਹੀ ਬਣਾ ਕੇ ਪਾਈ ਆ ਵੀ ਅਸੀਂ ਜੋ ਬੋਲਦੇ ਹਾਂ ਨਾ ਪਹਿਲਾਂ ਉਹ ਖੇਤਾਂ 'ਚ ਕਰਦੇ ਹਾਂ ਅਤੇ ਇਹ ਗੁਰੂ ਸਾਹਿਬ ਦੀ ਕਿਰਪਾ ਕਿ ਸਾਨੂੰ ਇਹ ਗੁਰੂ ਸਾਹਿਬ ਨੇ ਗਿਆਨ ਦੀ ਬਖਸ਼ਿਸ਼ ਕੀਤੀ ਆ ਆਹ ਹੁਣ ਤੁਸੀਂ ਦੇਖ ਲਓ ਵੀ ਅਸੀਂ ਉਹ ਬੂਟੇ ਉੱਥੇ ਹੀ ਗੱਡ ਰਹੇ ਹਾਂ ਜਿੱਥੋਂ ਪੱਟੇ ਆ ਠੀਕ ਹੈ ਜੀ ਇੱਕ ਅੱਧੇ ਦਿਨ 'ਚ ਇੱਥੇ ਅਸੀਂ ਜਿਹੜਾ ਹੈਗਾ ਪਾਣੀ ਲਾ ਦੇਣਾ ਕਿਉਂਕਿ ਹੁਣ ਕਣਕ ਪਾਣੀ ਮੰਗਦੀ ਪਈ ਆ ਸੋ ਜਿਹੜਾ ਗਿਆਨ ਹੁੰਦਾ ਨਾ ਉਹਦਾ ਪੀ ਐੱਚ ਡੀ ਨਾਲ ਕੋਈ ਸੰਬੰਧ ਨਹੀਂ ਹੁੰਦਾ ਗਿਆਨ ਜਿਹੜਾ ਹੈਗਾ ਖੇਤੀ ਦਾ ਗਿਆਨ ਖੇਤਾਂ 'ਚ ਕਿਸਾਨਾਂ ਕੋਲ ਆ ਕਿਸਾਨ ਤੋਂ ਵੱਡਾ ਕੋਈ ਵਿਗਿਆਨੀ ਨਹੀਂ ਅਤੇ ਖੇਤ ਤੋਂ ਵੱਡਾ ਕੋਈ ਜਿਹੜਾ ਹੈਗਾ ਗੁਰੂ ਨਹੀਂ ਹੈਗਾ ਖੇਤੀ ਵਾਲੇ ਮਾਮਲੇ 'ਚ ਸੋ ਆਪਣੇ ਬਜ਼ੁਰਗਾਂ ਦੇ ਪੁਰਖਿਆਂ ਦੇ ਗਿਆਨ ਨੂੰ ਜਿਹੜਾ ਹੈਗਾ ਨਾ ਤਵੱਜੋ ਦਿਓ ਉਹਨਾਂ ਦਾ ਉਹਦਾ ਸਤਿਕਾਰ ਕਰੋ ਅਤੇ ਉਹਦੇ ਮੁਤਾਬਕ ਆਪਣੀ ਖੇਤੀ ਨੂੰ ਮੁੜ ਵਿਉਂਤ ਕੇ ਸਹੀ ਲੀਹਾਂ 'ਤੇ ਅੱਗੇ ਵਧਾਓ।